ਠੀਕ ਹੈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਸਾਰੇ ਫਾਈਨਲੀ ਜੀ ਟਾਈਮ ਆ ਚੁੱਕਿਆ ਸਿਡਨੀ ਨੂੰ ਬਾਏ ਬਾਏ ਕਹਿੰਦਾ ਵੈਲਕਮ ਬੈਡ ਚੈਨਲ ਗਾਇਸ ਐਵਰੀਵਨ ਐਡੋ ਸੋ ਇੱਧਰ ਮੈਂ ਸਾਰੇ ਜੀ ਪੈਕਿੰਗ ਕਰ ਰਿਹਾ ਵਾਂ ਆ ਦੇਖਿਓ ਯਾਰ ਮੇਰੇ ਰੂਮ ਦਾ ਕੀ ਹਾਲ ਬਣਿਆ ਵਾਂ ਤੋਬਾ 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 ਸਾਰਾ ਮੂਡ ਖਰਾਬ ਕਰ ਦਿਆ ਇੱਕ ਗੱਲ ਕਮੈਂਟ ਕਰਕੇ ਦੱਸੋ ਕਿ ਸਾਰੇ ਮੁੰਡਿਆਂ ਦੇ ਵਾਰਡਰੋਬ ਦਾ ਆਹੀ ਹਾਲ ਹੁੰਦਾ ਯਾਰ ਨਹੀਂ ਮੇਰੇ ਤਾਂ ਇੱਦਾਂ ਖਲਾਰਾ ਪਿਆ ਹੀ ਰਹਿੰਦਾ ਜੇ ਆ ਦੇਖਿਓ ਹੁਣ ਮੈਂ ਸਾਰੇ ਸੋਟ ਕਰ ਰਿਹਾ ਵਾਂ ਕਿ ਜਿਹੜੇ ਕੱਪੜੇ ਹਾਲੇ ਤੱਕ ਨਹੀਂ ਪਾਏ ਉਹ ਸਾਈਡ 'ਤੇ ਰੱਖ ਲਈਏ ਅਤੇ ਜਿਹੜੇ ਪਾਏ ਹੋਏ ਆ ਜਾਂ ਧੋਣ ਵਾਲੇ ਉਹ ਸਾਈਡ 'ਤੇ ਕਰ ਦਈਏ ਅਤੇ ਪੈਕਿੰਗ ਕਰੀਏ ਕਿਉਂਕਿ ਯਾਰ ਹੁਣ ਹੀ ਚੱਲਿਆ ਜੀ ਸ਼ਾਇਦ ਤੁਹਾਨੂੰ ਟਾਈਟਲ ਸਾਹਮਣੇ ਤੋਂ ਪਤਾ ਲੱਗਿਆ ਹੋਊਗਾ ਜੇ ਨਹੀਂ ਪਤਾ ਲੱਗਾ ਤਾਂ ਵਲੋਗ ਨੂੰ ਲਾਸਟ ਜਦੋਂ ਦੇਖ ਕੇ ਪਤਾ ਲੱਗ ਜੂਗਾ ਜੀ ਸਿਡਨੀ ਨੂੰ ਕੁਛ ਦਿਨਾਂ ਲਈ ਬਾਏ ਬਾਏ ਕਹਿਣ ਦਾ ਟਾਈਮ ਆ ਚੁੱਕਿਆ ਜੀ ਅਤੇ ਫਲਾਈਟ ਹੈਗੀ ਆ ਰਾਤੀ 9:30 ਦੀ ਇੱਥੋਂ ਇਸ ਟਾਈਮ ਜਿੱਥੇ ਮੈਂ ਹੈਗਾ ਵਾਂ ਏਅਰਪੋਰਟ ਜਾਣ 'ਤੇ ਲੱਗਣਾ ਅੱਧਾ ਘੰਟਾ ਸੋ ਆਪਾਂ 6:30-7 ਵਜੇ ਘਰੋਂ ਨਿਕਲਾਂਗੇ ਅਤੇ ਟਾਈਮ 3 ਵੱਜ ਚੁੱਕਿਆ ਸੋ ਹੁਣ ਮੈਂ ਫਟਾਫਟ ਪੈਕਿੰਗ ਕਰਾਂ ਯਾਰ ਆਹ ਕੰਮ ਸਭ ਤੋਂ ਔਖਾ ਵਾ ਇੱਕ ਤਾਂ ਪੈਕਿੰਗ ਕਰਨੀ ਤੇ ਇੱਕ ਸ਼ੋਪਿੰਗ ਕਰਨੀ ਅੱਛਾ ਪੈਕਿੰਗ ਕਰਨੀ ਜ਼ਿਆਦਾ ਔਖਾ ਠੀਕ ਹੈ ਹੁਣ ਆ ਸਾਰੇ ਕੱਪੜੇ ਇੱਦਾਂ ਫੜ ਕੇ ਬੈਗ 'ਚ ਪਾਉਣੇ ਆ ਸਮਝ ਗਿਆ ਅਤੇ ਆਹ ਦੇਖੋ ਆਹ ਸਾਰੀਆਂ 50 ਨੇ 50 ਦਾ ਯਾਰ ਬੰਨੀਆਂ ਹੀ ਨਹੀਂ ਆ ਸੋ ਨਾਲ ਮੈਂ ਪੱਗਾਂ ਲੈ ਕੇ ਚੱਲਾਂ ਵਾਂ ਹੁਣ ਅਗਲੇ ਕੁਛ ਵਲੋਗਾਂ 'ਚ ਤੁਹਾਨੂੰ ਯਾਰ ਹੁਣੀ ਪੱਗ 'ਚ ਹੀ ਦਿਖਣੀ ਕਿਉਂਕਿ ਯਾਰ ਆਈ ਥਿੰਕ 10-15 ਦਿਨ ਹੋ ਗਏ ਪੱਗ ਹੀ ਨਹੀਂ ਬੰਨੀ ਯਾਰ ਸੋ ਹੁਣ ਪੱਗ ਬੰਨਦੇ ਹਾਂ ਦੋ ਕੁਝ ਪੱਗਾਂ ਇੱਧਰ ਪਈਆਂ ਨੇ ਆਹ ਪੱਗ ਬੰਨਦੇ ਹਾਂ ਯਾਰ ਕੱਲ੍ਹ ਨੂੰ ਹੁਣ ਕਮਰਾ ਸਾਰਾ ਆਪਾਂ ਸਾਫ਼ ਕਰ ਲਿਆ ਹੋਇਆ ਅਤੇ ਕੱਪੜੇ ਸਾਰੇ ਸੋਟ ਕਰ ਲਏ ਹੋਏ ਆ ਕਿਹੜੇ ਕਿਹੜੇ ਨਾਲ ਲੈ ਕੇ ਜਾਣੇ ਆ ਸੋ ਆਹ ਸਾਰੇ ਕੱਪੜੇ ਨਾਲ ਲੈ ਕੇ ਜਾਣੇ ਆਪਾਂ ਅਤੇ ਹੁਣ ਆਪਾਂ ਪੈਕ ਕਰਦੇ ਹਾਂ ਅਤੇ ਜਿਹੜਾ ਬੈਗ ਦਾ ਵੇਟ ਆ ਉਹ ਹੈਗਾ ਵਾ 7 ਕਿਲੋ ਸੋ ਉਸ ਹਿਸਾਬ ਨਾਲ ਕੱਪੜੇ ਲੈ ਕੇ ਜਾਣੇ ਪੈਣੇ ਆ ਸੋ ਇੱਕ ਪੱਗ ਆ ਜੀ ਜਿਹੜੀ ਆਪਣੀ ਟੀ ਸ਼ਰਟ ਚੱਕਵੀਂ ਰੰਗੋਲੀ ਇਹ ਪਾਵਾਂਗੇ ਆਪਾਂ ਅਤੇ ਵੀ ਕਹਿਣਾ ਮੈਂ ਧੱਕਾ ਕਰੀ ਜਾਂਦਾ ਇੱਕ ਇੱਕ ਕਰਕੇ ਪਾ ਲਾਂ ਪਰ ਇੱਦਾਂ ਹੀ ਹੈ ਯਾਰ ਮੁੰਡਿਆਂ ਦਾ ਇੱਦਾਂ ਹੀ ਆ ਬਸ ਵੇਟ 7 ਕਿਲੋ ਚਾਹੀਦਾ 7 ਵੀ ਨਹੀਂ ਹੋਣਾ 7 ਵੀ ਨਹੀਂ ਹੋਣਾ ਮੇਰੇ ਹਿਸਾਬ ਨਾਲ ਹਨਾ ਜਿਸ ਹਿਸਾਬ ਨਾਲ ਕੱਪੜੇ ਆ ਬਾਕੀ ਦੇਖਦੇ ਹਾਂ ਦੂਜਾ ਬੈਗ ਨਾਲ ਚੱਕ ਲਾਂਗੇ ਆ ਸੁਆ ਆ ਦੇਖਿਆ ਆ ਸਕੋਟ ਦੀ ਜਿਹੜੀ ਕੁਕੀ ਮਿਲਦੀ ਹੁੰਦੀ ਆ ਉਹ ਪਈ ਆ ਚਲੋ ਮੁੰਡਿਆਂ ਦਾ ਬਸ ਇੰਨਾ ਨਾ ਆਪਣਾ ਡਰਨ ਪੈਕ ਬਸ ਇਹ ਆ ਜੀ ਪੈਕਿੰਗ ਵੀ ਰਾਮਗੜੇ ਦੇਖੋ ਇੱਕ ਜੈਕਟ ਆ ਜੇ ਮੈਲਬਨ ਥੋੜ੍ਹੀ ਠੰਡ ਆ ਥੋੜ੍ਹੀ ਠੰਡ ਇੱਕ ਲੈ ਜਾਓ ਹਾਂ ਜ਼ਰੂਰੀ ਆ ਆ ਚੱਕ ਰਹੀ ਉਦਾਂ ਇੱਕ ਜ਼ਿੱਪਰ ਵੀ ਲੈ ਜਾਓ ਬੈਗ ਦਾ ਨਾਲ ਹੀ ਆਪਾਂ ਵੇਟ ਵੀ ਕਰ ਲੈਣਾ ਨਹੀਂ ਸਹੀ ਹੈ ਡਨ ਬਸ ਹੁਣ ਵੇਟ ਕਰ ਲਈ ਇੱਕ ਮਿੰਟ ਮੈਂ ਤਾਂ ਕੰਡਾ ਇਹ ਕੰਡਾ ਆ ਗਿਆ ਹੁਣ ਕਰੀਏ ਵੇਟ ਕਿੰਨਾ ਹੋਊਗਾ ਇਹ 2 ਕਿਲੋ ਗਾਜਰ ਦੱਸਦਾ ਰੱਖੋ ਇਹ ਤਾਂ ਵਾਵਾ ਹੋ ਗਿਆ ਯਾਰ ਨਹੀਂ ਵਾਵਾ ਕੀ ਹੋ ਗਿਆ 6 ਕਿਲੋ ਅੱਛਾ ਅੱਛਾ ਓਕੇ ਓਕੇ ਮਿਲ ਗਿਆ ਸ਼ਾਇਦ ਉਹ ਹਾਂ ਘੱਟ ਦੱਸਦਾ ਮੈਨੂੰ ਜ਼ਿਆਦਾ ਹੋ ਗਿਆ ਫਿਰ 6-8 ਜ਼ਿਆਦਾ ਹੋ ਗਿਆ ਨਹੀਂ ਹਾਂ ਇਹ 2 ਕਿਲੋ ਘੱਟ ਦੱਸਦਾ ਗਾਇਸ ਚੱਕਰ ਪੈ ਗਿਆ ਯਾਰ ਵੇਟ ਹੈਗਾ ਵਾ 7 ਕਿਲੋ ਬਟ ਇਹ ਵੱਧ ਗਿਆ ਵਾ ਹੁਣ ਬੈਗ ਚੇਂਜ ਕਰਕੇ ਦੇਖਦੇ ਹਾਂ ਹੁਣ ਹੀ ਇਹ 3 ਕਿਲੋ ਦੱਸ ਰਿਹਾ ਜਾਂ ਕੰਡਾ ਖਰਾਬ ਆਪਣਾ ਨਹੀਂ ਨਹੀਂ ਭਾਜੀ ਤੁਹਾਡਾ ਕੰਡਾ ਹੀ ਖਰਾਬ ਆ ਉਹ ਭਰਾਵਾ ਤੁਹਾਡਾ ਕੰਡਾ ਹੀ ਖਰਾਬ ਆ ਡੋਰੀ ਲੁਕਾ ਲਾ ਤੁਹਾਡਾ ਕੰਡਾ ਖਰਾਬ ਆ ਯਾਰ ਹਾਂ ਆਪਾਂ ਰੋਂਗ ਕਰ ਰਹੇ ਆ ਇਹਨੂੰ ਕਾਰਪੇਟ ਤੇ ਥੋੜੀ ਕਰਨਾ ਆ ਆਹੋ ਓਹੋ ਹੁਣ 5 ਕਿਲੋ ਆ ਦੇਖਿਆ ਤੇ ਹੁਣ ਗਾਇਸ ਘਰੋਂ ਨਿਕਲ ਚੁੱਕੇ ਆ ਜੀ ਤੇ ਟਾਈਮ 7 ਵੱਜ ਗਏ ਆ ਓਹੋ ਫੋਕਸ ਕਰ ਲਾ 7 ਵੱਜ ਗਏ ਆ ਤੇ ਫਲਾਈਟ ਹੈਗੀ ਆ 10 ਵਜੇ ਅੱਧਾ ਘੰਟਾ ਹਾਲੇ ਏਅਰਪੋਰਟ ਪਹੁੰਚਣ ਲੱਗਣਾ ਗਿਆ ਨਾ ਦੇਖੋ 29 ਤੇ ਚੈੱਕ ਇਨ ਆਨਲਾਈਨ ਕਰਨ ਦੀ ਕੋਸ਼ਿਸ਼ ਕੀਤੀ ਯਾਰ ਆਪਾਂ 5-6 ਵਾਰੀ ਆਨਲਾਈਨ ਚੈੱਕ ਇਨ ਹੋਈ ਨਹੀਂ ਸੋ ਹੁਣ ਏਅਰਪੋਰਟ ਜਾ ਕੇ ਕਰਾਉਂਦੇ ਆ ਨਹੀਂ ਤਾਂ ਆਨਲਾਈਨ ਗੱਡੀ ਵਲੌਗ ਦੇ ਚੱਕਰ ਤੇ ਆ ਮੁੜੀ ਆ ਗੱਡੀ 1.5 ਘੰਟੇ ਦੀ ਫਲਾਈਟ ਆ ਤਾਂ ਯਾਰ ਹੁਣ ਮਿਕਸ ਜੀ ਫੀਲਿੰਗ ਆ ਐਕਸਾਈਟਡ ਵੀ ਆ ਨਰਵਸ ਆ ਤੇ ਥੋੜਾ ਨਰਵਸ ਵੀ ਆ ਪਤਾ ਨਹੀਂ ਯਾਰ ਮਿਕਸ ਜਿਹਾ ਵੀਰੇ ਦੀ ਗੱਲਾਂ ਤਾਂ ਮੈਨੂੰ ਇਦਾਂ ਲੱਗ ਰਿਹਾ ਕਿ ਵੀਰੇ ਥੋੜਾ ਚੁੱਪ ਹੋ ਗਿਆ ਨਹੀਂ ਪਤਾ ਨਹੀਂ ਯਾਰ ਸਵੇਰ ਦੀ ਅੱਜ ਕਿਉਂਕਿ ਅੱਜ ਫਲਾਈਟ ਹੀ ਨਾ ਪਤਾ ਨਹੀਂ ਹੁਣ ਹਨਾ ਹੋ ਜਾਂਦਾ ਯਾਰ ਵਧੀਆ ਵਧੀਆ ਕੋਈ ਨਹੀਂ ਇੰਜੋਏ ਕਰਿਓ ਮੈਲਬਨ ਉੱਤਰਦੇ ਹੀ ਥਾ ਕਰਿਓਗੇ ਆ ਗਿਆ ਜੀ ਮੈਂ ਮੰਮੀ ਮੈਲਬਨ ਪਹੁੰਚ ਗਿਆ ਮੈਂ ਉਹ ਜਾਇ ਨਿਕਲ ਗਿਆ ਤੁਹਾਡਾ ਉਹ ਕੀ ਕਰੀ ਹੁਣ ਫਿਰ ਹੁਣ ਪਜਾਓ ਗੱਡੀ ਹੁਣ ਉੱਤੇ ਚੜਨਾ ਪਹੁੰਚ ਚੁੱਕੇ ਜੀ ਆਪਾਂ ਏਅਰਪੋਰਟ
ਤੇ ਗਗਨ ਵੀਰ ਮੈਨੂੰ ਡ੍ਰੌਪ ਕਰਨਾ ਹੈ ਵਾ ਅੰਦਰ ਤੱਕ ਤੇ ਦੇਖਦੇ ਤੁਹਾਡੀ ਫਲਾਈਟ ਕਿੰਨੇ ਵਜੇ ਆ ਫਲਾਈਟ ਹੈਗੀ 10 ਵਜੇ ਹੈ ਡਿਪਾਰਚਰ ਚਲੋ ਵੀਰੇ ਮਿਲਦੇ ਆਪਾਂ ਫਿਰ ਠੀਕ ਆ ਓਕੇ ਧਿਆਨ ਰੱਖਿਓ ਚਲੋ ਮਿਲਦੇ ਛੇਤੀ ਓਕੇ ਜੀ ਮਾਰਨਾ ਧਿਆਨ ਰੱਖਿਓ ਇਹ ਫੀਲਿੰਗ ਫੀਲਿੰਗ ਠੀਕ ਹੈ ਵੀਰੇ फ्लाइट हैगी है जी 10:15 टाइम 8 चले इंडिया चे डोमेस्टिक बड़ी बार ट्रैवल किया वा पर आस्ट्रेलिया चे फर्स्ट टाइम सिडनी टू मेलबर्न हम जाके चेक इन कराने ते बोर्डिंग पास लईए ते फिर गल कर बोर्डिंग पास भी मिल चुके जी तो सिक्योरिटी चैक भी हो गया वा टाइम होया जी 8:15 2 है गया हम 2 कॉफी शॉफी पीवेंगे बैठा थोड़ा नैटफ्लिक्स एंड चिल इतों व्यू देखे यार कि सोना वा प्लेन देख रहे हैं इतने होर भी काफ़ी कॉफी शॉप है बट आप पीएंगे मैक कैफे तो चाय लाटे गगन वीरे ताड़ी फेवरेट चाय लाटे नगेट्स चाय लाटे हरमन की वीडियो कॉल आ रही है जी की हाल है तेरा हाल बस वधिया नजारे फर्स्ट क्लास लगन नहीं रहा फर्स्ट क्लास बोर्डिंग स्टार्ट होने नू बस 15 रह गए तो बैग वगैरह सारे चेक हो गए गेट दोबारा होया इत्थे नाल नाल कांतारा चल रही है हाले तक देखी नहीं ही बड़ी कैंट मूवी है यार बोर्डिंग स्टार्ट हो गई है जी मेरी सीट हैगी है जी 31A बिल्कुल लास्ट है फ्लाइट च बोर्ड कर लिया जी बट इतने यार एक इन्होंने पंगा पाता जोड़ा मेरा पहला बोर्डिंग पास से सीट नंबर ही 31A तो हूँ सीट इन्हें चेंज करती है सीट 24D करती और मैं विंडो सीट ली ही इन्होंने चेंज ही करती सीट यार इदा तो नहीं कर सकता पहले बोर्डिंग पास कुछ होर देता वा उत्ते सीट नंबर कुछ होर ही बाद जो बोर्डिंग टाइम फिर बोर्डिंग पास चेंज करता चैकिंग एरर भी आया ही जेट स्टार 0 हाले तो पहली फ्लाइट है जेट स्टार की तो बड़ा ही बैड एक्सपीरियंस यार पहुंच चुके जी आप मेलबर्न तो मेलबर्न का मौसम काफ़ी ठंडा वा ठंडी ठंडी हवा चल रही है सिडनी नाले यार काफ़ी ठंड है इतने मेलबर्न ओए होए चंगा होया मैं वेस्ट पाली ही 1.5 लगा सानू सिडनी तो मेलबर्न पहुँचद इस फ्लाइट यार विंडो सीट नहीं मिल सकी बट सही है यार कोई गल नहीं कभी विंडो सीट कभी सेंटर वाली सीट ये भी एक्सपीरियंस वधिया ही
ਬਚਪਨ ਚ ਆ ਲਾਈਟਾਂ ਵਾਲੇ ਬੂਟ ਕਿੰਨੇ ਕਿੰਨੇ ਪਾਏ ਆ ਕਮੈਂਟ ਕਰਕੇ ਜਰੂਰ ਦੱਸਿਓ। ਏਅਰਪੋਰਟ ਤੋਂ ਬਾਹਰ ਆ ਚੁੱਕੇ ਆ ਜੀ, T4 ਗੇਟ ਤੋਂ ਬਾਹਰ ਆਇਆ ਵਾਂ, ਬਟ ਮੈਂ ਜਾਣਾ T3 ਤੇ। ਨਿਆਮਤ T3 ਤੇ ਖਲੋਤਾ ਵਾ, ਉੱਧਰ ਪਿੱਛੋਂ ਮੈਲਬਨ ਲਿਖਿਆ ਵਾ। ਨਿਆਮਤ ਆ ਗਿਆ ਸੀ ਜੀ ਏਅਰਪੋਰਟ। ਨਿਆਮਤ ਨੂੰ ਤੁਸੀਂ ਜਾਣਦੇ ਜੀ, ਔਨ ਦਾ ਟਾਈਮ ਮੈਂ ਕਿਹਾ ਇੰਟਰਵਿਊ ਕਰਾ ਦਈਏ। ਨਿਆਮਤ ਪ੍ਰੀਤ ਸਿੰਘ ਤਰਨ ਤਾਰਨ ਤੋਂ, ਸਤਿ ਸ਼੍ਰੀ ਅਕਾਲ, ਤੇ ਨਾਲ ਵੀਰਾ ਅਨਮੋਲ। ਕੀ ਹਾਲ ਆ ਵੀਰ ਜੀ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਤੋਂ 6 ਮਹੀਨੇ ਪਹਿਲਾਂ ਆਪਾਂ ਅੰਮ੍ਰਿਤਸਰ ਮਿਲੇ ਸੀ, ਤਾਜ ਹੋਟਲ ਵਾ ਪੂਲ ਪਾਰਟੀ ਕੀਤੀ ਸੀ, ਪਰ ਉਦੋਂ ਸੋਚਿਆ ਨਹੀਂ ਕਿ ਇੱਦਾਂ ਆਸਟ੍ਰੇਲੀਆ ਆ ਕੇ ਮੈਲਬਨ ਆ ਕੇ ਇਕੱਠੇ ਹੋਵਾਂਗੇ। ਕੋਈ ਪਲਾਨ ਨਹੀਂ ਜੀ, ਕੋਈ ਪਲਾਨ, ਕੁਦਰਤ ਦੀਆਂ ਖੇਡਾਂ ਵੇਖ ਲਓ, ਰੱਬ ਦੇ ਰੰਗ ਕਬਾਬ ਖਾਂਦੇ ਅਸੀਂ 12 ਵਜੇ ਇਕੱਠੇ। ਉਹ ਵੀ ਤੁਹਾਡਾ ਭਲਾ ਜੇ ਬਾਹਰ ਇੰਨੀ ਜ਼ਿਆਦਾ ਠੰਡ ਯਾਰ, ਹੁਣ ਨਹੀਂ ਮੈਂ ਨਿਕਲਣਾ। ਕਿਹੜਾ ਲੈ ਆਊਗਾ ਆਪੇ ਬਹਿ ਜੇ ਗੱਡੀ 'ਚ, ਮੈਂ ਤਾਂ ਨਹੀਂ ਖੋਲਦਾ ਦੁਬਾਰਾ, ਕਿਸੇ ਨੇ ਵੀ ਨਹੀਂ ਬਾਹਰ ਜਾਣਾ। ਪੀਜੇ ਲੈਣ ਮੈਂ ਨਹੀਂ ਆਉਂਦਾ ਵੀਰ, ਅਨਮੋਲ ਵੀਰ ਨੂੰ ਭੇਜਾਂਗੇ, ਇਹਨੂੰ ਲੋੜ ਆਪੇ ਚੱਲ ਜੇ, ਆਪਾਂ ਤਾਂ ਕਬਾਬ ਖਾ ਖੁਸ਼ ਹੋਏ ਆ। ਮੇਰੇ ਕੋਲ ਤਾਂ ਬਹਾਨਾ ਹੈਗਾ, ਮੈਂ ਵੀਰੇ ਸ਼ੋਰਟਸ ਪਾਏ ਆ, ਮੈਂ ਦੀ ਬਾਡੀ ਸ਼ਰਟ ਪਾਈ, ਮੈਂ ਨਹੀਂ ਬਾਹਰ ਜਾਣਾ ਜੀ। ਇਹਨੂੰ 2 ਮਿੰਟ ਮੈਂ ਨਾ ਉਹਦੀ ਗੱਡੀ ਲੋਕ ਕਰਦੀ ਆ, ਪੁੱਤੇ ਖੜ ਦੇ ਸਾਈਡ ਕਿਤੇ, ਆਪੇ ਲੱਭਦਾ ਫਿਰ ਉਹਨੂੰ। ਇੱਕ ਵਜੇ ਆਪਾਂ ਘਰ ਪਹੁੰਚੇ ਸੀ ਤੇ 3 ਵੱਜ ਗਏ ਰਾਤ ਦੇ, ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਾ ਕਿ 3 ਕਦੋਂ ਵੱਜ ਗਿਆ, ਤੇ ਹੁਣ ਤਿਆਰੀ ਆ ਸੌਣ ਦੀ। ਟੌਪਿਕ ਛੱਡਿਆ ਨਹੀਂ ਕੋਈ ਵੀ ਗੱਲ, ਕੋਈ ਵੀ, ਮਤਲਬ ਕਿ ਸਾਰੇ 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 ਘੇਰੇ ਵਿੱਚ। ਸਹੀ ਗੱਲ ਹੈ, ਜੋ ਪੁਰਾਣੀਆਂ ਗੱਲਾਂ ਸੀ ਨਾ ਮਨ ਦੇ ਵਿੱਚ ਪਿਛਲੇ 6 ਮਹੀਨਿਆਂ 'ਚ, ਸਾਰੀਆਂ ਠਾਠਾ ਹੋ ਗਈਆਂ ਨੇ। ਤੇ ਸਵੇਰੇ ਆਪਾਂ ਅਰਲੀ ਅਰਲੀ ਉੱਠਣਾ ਵਾ, ਅਰਲੀ ਨਾਲ ਹੀ ਉੱਠਣਾ ਆਪਾਂ 10 ਵਜੇ ਉੱਠਣਾ ਹੈ। ਅਰਲੀ ਤਾਂ ਹੋਵੇ ਸਾਡਾ, ਕੱਲ ਵੀਰ ਲਈ ਬਹੁਤ ਵੱਡਾ ਸੀ ਇੱਕ ਸਰਪ੍ਰਾਈਜ਼, ਸਰਪ੍ਰਾਈਜ਼ ਗਿਫਟ ਜਿਹੜਾ ਵਾ ਉਹ ਤਿਆਰ ਕੀਤਾ ਹੋਇਆ ਵਾ। ਕੀ ਕਹਿੰਦੇ ਨੇ, ਕੀਪ ਇਟ ਲੌਕਡ, ਲੌਕਡ ਦਾ ਕੰਫੀਡੈਂਸ਼ੀਅਲ ਆ, ਤੇ ਕੱਲ ਰਿਵੀਲ ਕਰਾਂਗੇ, ਕੱਲ ਰਿਵੀਲ ਹੋਊਗਾ, ਤੇ ਕੱਲ ਬਲੀਵ ਮੀ ਨੇਰਾ ਮੌਨ ਵਾਲਾ ਵਾ। ਪੱਕੀ ਗੱਲ ਆ, ਕੱਲ ਰੈਲਿੰਗ ਵਾਲਾ ਕੰਮ ਆ। ਚਲੋ ਦੇਖ, ਸੂਟਡ ਬੂਟ ਵਾਲਾ ਕੰਮ ਆ, ਕੋਟ ਲੈ ਗਿਆ ਮਾੜਾ ਮਾੜਾ। ਯੈਸ ਬ੍ਰੋ, ਮੈਂ ਲਿਆਂਦਾ ਕੀ ਕਹਿੰਦੇ ਫਾਰਮਲ ਆਊਟਫਿਟ ਲਿਆਂਦੀ ਇੱਕ, ਮੈਂ ਸਹੀ ਗੱਲ, ਜਦੋਂ ਮੈਂ ਇੱਥੇ ਆਇਆ ਨਾ ਮੈਲਬਨ ਨੇ, ਨਿਆਮਤ ਕਹਿ ਰਿਹਾ ਵਾ ਕਿ ਇੱਕ ਸਰਪ੍ਰਾਈਜ਼ ਆ, ਲਿਟਰਲੀ ਸੌਂਹ ਵਾਲੀ ਗੱਲ ਆ ਕਿ ਮੈਨੂੰ ਵੀ ਨਹੀਂ ਪਤਾ, ਐਵੇਂ ਕਹਿੰਦੇ ਹੁੰਦਾ ਮੈਂ ਸੌਂਹ ਖਾਧੀ ਐਂ ਕਰਕੇ, ਮਤਲਬ ਲਿਟਰਲੀ ਮੈਨੂੰ ਵੀ ਨਹੀਂ ਪਤਾ ਕਿ ਕੀ ਸਰਪ੍ਰਾਈਜ਼ ਆ, ਹੁਣ ਕੱਲ੍ਹ ਹੀ ਪਤਾ ਲੱਗੂਗਾ। ਅਤੇ ਚਲੋ ਅੱਜ ਦੇ ਵਲੋਗ ਨੂੰ ਖਤਮ ਕਰਦੇ, ਸਿਡਨੀ ਤੋਂ ਮੈਲਬਨ ਤੱਕ ਦਾ ਸਫ਼ਰ ਤੁਹਾਨੂੰ ਪਿੱਛੇ ਦਿਖਾਇਆ ਜੀ, ਅਤੇ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ। ਟਿਲ ਦੈਨ ਬਾਏ, ਟੇਕ ਕੇਅਰ, ਰੱਬ ਰੱਖ।